JRUI ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਤੇ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੋਣ ਵਾਲੀ ਗਰੁੱਪ ਡੀ ਭਰਤੀ ਬਾਰੇ ਸੋ ਹੁਣ ਤੁਸੀਂ ਕਾਫੀ ਗੱਲਾਂ ਸੁਣ ਰਹੇ ਹੋਵੋਗੇ ਗਰੁੱਪ ਡੀ ਦੀ ਭਰਤੀ ਬਾਰੇ ਤੇ ਪੰਜਾਬ ਦੇ ਸਾਰੇ ਹੀ ਜਵਾਨਾਂ ਵਾਸਤੇ ਬਹੁਤ ਹੀ ਵਧੀਆ ਖਬਰ ਹੈ ਕਿ ਬਹੁਤ ਹੀ ਛੇਤੀ ਪੰਜਾਬ ਦੇ ਵਿੱਚ ਗਰੁੱਪ ਡੀ ਦੀ ਪੋਸਟਾਂ ਜਾਰੀ ਹੋਏਗੀ ਤੇ ਪੋਸਟਾਂ ਵੀ ਬੰਪਰ ਨੇ 5000 ਤੋਂ 6000 ਦੇ ਵਿਚਾਲੇ ਜਿਹੜੀ ਪੋਸਟਾਂ ਦੱਸੀ ਜਾ ਰਹੀ ਹੈ ਤੇ ਇਹ ਜਿਹੜੀ ਪੋਸਟਾਂ ਆ ਇਹਨਾਂ ਦੀ ਕੁਆਲਿਫੀਕੇਸ਼ਨ ਕੀ ਹੋਏਗੀ ਇਸ ਦਾ ਕ੍ਰਾਈਟੇਰੀਆ ਵਗੈਰਾ ਕੀ ਹੋਏਗਾ ਸਾਰੀ ਗੱਲ ਬਾਤ ਕਰਾਂਗੇ ਤੇ ਇਹਨਾਂ ਭਰਤੀਆਂ ਦੀ ਅਨਾਉਂਸਮੈਂਟ ਦੀ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਆਪਣੇ ਸੀਐਮ ਸਾਹਿਬ ਚੋਣ ਜਿੱਤ ਕੇ ਆਏ ਸੀ ਤਾਂ ਉਸ ਟਾਈਮ ਹੀ ਉਹਨਾਂ ਨੇ ਅਨਾਉਂਸਮੈਂਟ કરી ਸੀ ਗਰੁੱਪ ਸੀ ਤੇ ਡੀ ਭਰਤੀਆਂ ਦੀ ਨਾਲ ਹੀ ਅਨਾਉਂਸਮੈਂਟ કરી ਸੀ ਕਿ ਜਿਹੜੀ ਗਰੁੱਪ ਸੀ ਤੇ ਡੀ ਦੀ ਭਰਤੀ ਹੋਏਗੀ ਉਹਨਾਂ ਦੇ ਵਿੱਚ ਪੰਜਾਬੀ ਵਾਲਾ ਪੇਪਰ ਜਿਹੜਾ ਇੱਕ ਰੱਖਿਆ ਜਾਏਗਾ ਸਾਹਿਬ ਨੇ ਇਹ ਵੀ ਅਨਾਉਂਸਮੈਂਟ ਕੀਤੀ ਸੀ ਕਿ ਇਹ ਜਿਹੜੀ ਗਰੁੱਪ ਸੀ ਡੀ ਦੀ ਭਰਤੀਆਂ ਹੋਏਗੀ ਇਹਨਾਂ ਦੇ ਵਿੱਚ ਇੱਕ ਕੰਪਲਸਰੀ ਪੰਜਾਬੀ ਦਾ ਪੇਪਰ ਆਖਿਆ ਹੋਈ ਪਾਵੇਂ ਪੀ ਬੀ ਦੇ ਵਿੱਚ ਕੋਈ ਗਰੁੱਪ ਸੀ ਦੀ ਭਰਤੀ ਹੋਈ ਇਧਰ ਜਿਹੜੀ ਵੀ ਭਰਤੀਆਂ ਹੋਈ ਸੀ ਉਹਨਾਂ ਦੇ ਦੋ ਪੇਪਰ ਹੋਏ ਸੀ ਇੱਕ ਕੰਪਲਸਰੀ ਪੰਜਾਬੀ ਵਾਲਾ ਪੇਪਰ ਜਿਹੜਾ ਕੁਆਲੀਫਾਈ ਨੇਚਰ ਦਾ ਸੀ ਤੇ ਇੱਕ ਥੋੜਾ ਮੇਨ ਪੇਪਰ ਜਿਸ ਦੇ ਬੇਸ ਤੇ ਮੈਰਿਟ ਬਣੀ ਸੀ ਠੀਕ ਹੈ ਤਾਂ ਇਹ ਕੰਡੀਸ਼ਨ ਤਾਂ ਪਿਛਲੇ ਸਾਲ ਤੋਂ ਹੀ ਲਾਗੂ ਹੋ ਚੁੱਕੀ ਹੈ ਤੇ ਹੁਣ ਗੱਲਾਂ ਆਂਦੀਆਂ ਗਰੁੱਪ ਡੀ ਦੀ ਭਰਤੀ ਦੀ ਗਰੁੱਪ ਸੀ ਦੀ ਭਰਤੀਆਂ ਦਾ ਚੱਲ ਰਹੀ ਹੈ ਗਰੁੱਪ ਡੀ ਦੀ ਭਰਤੀ ਜਿਹੜੀ ਹੈ ਥੋੜੀ ਜਾਰੀ ਹੋਏਗੀ 5000 ਪਲੱਸ ਪੋਸਟਾਂ ਹੋਏਗੀ ਠੀਕ ਹੈ ਸਾਰੇ ਪੰਜਾਬ ਦੇ ਜਵਾਨਾਂ ਵਾਸਤੇ ਖੁਸ਼ਖਬਰੀ ਹੈ ਏਜ ਦੇ ਕ੍ਰਾਈਟੇਰੀ ਦੀ ਗੱਲ ਕਰੀਏ ਮਿਨਿਮਮ 18 ਸਾਲ ਤੇ ਮੈਕਸਿਮਮ 37 ਸਾਲ ਤੁਹਾਡਾ ਏਜ ਦਾ ਕ੍ਰਾਈਟੇਰੀਆ ਰਹੇਗਾ ਤੇ ਜੇ ਏਜ ਦੇ ਵਿੱਚ ਛੂਟ ਵਗੈਰਾ ਦਿੱਤੀ ਗਈ ਗਵਰਨਮੈਂਟ ਨਿਕਲ ਉਹਨਾਂ ਵਗੈਰਾ ਕਰਕੇ ਜਾਂ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਗਰੁੱਪ ਡੀ ਭਰਤੀ ਹੋਈ ਨਹੀਂ ਠੀਕ ਹੈ ਜੇ ਛੂਟ ਦਿੱਤੀ ਗਈ ਉਸ ਦਾ ਅਪਡੇਟ ਤੁਹਾਨੂੰ ਪ੍ਰੋਵਾਈਡ ਕਰਵਾ ਦੇਾਂਗੇ ਕੁਆਲਿਫਿਕੇਸ਼ਨ ਜਿਹੜੀ ਹੈ ਦੋਸਤੋ ਸਿਰਫ 10ਵੀਂ ਪਾਸ 10ਵੀਂ ਪਾਸ ਜਿਹੜੇ ਜਵਾਨ ਹੋਣਗੇ ਇੱਥੇ ਰਾਮਨਾਲ ਆਪਦੇ ਫਾਰਮ ਸਬਮਿਟ ਕਰ ਸਕਦੇ ਆ ਦੋਸਤੋ ਇਹ ਜਿਹੜੀ ਗਰੁੱਪ ਡੀ ਭਰਤੀ ਹੈ ਇਸ ਦੀ ਤਿਆਰੀ ਵਾਸਤੇ ਇਸ ਦੇ ਵਿੱਚ ਪੇਪਰ ਹੋਣ ਦੇ ਪੂਰੇ ਚਾਂਸ ਹੈ ਤਿਆਰੀ ਵਾਸਤੇ ਤੁਸੀਂ ਸਿਲੇਬਸ ਜਿਹੜਾ ਹੈ ਉਹ ਫਰੈਸਟ ਗਾਰਡ ਵਾਲਾ ਦੇਖ ਲੈਣਾ ਹੈ ਪੀਟਪੀਐਸਬੀ ਦੇ ਅੰਡਰ ਫਰੈਸਟ ਗਾਰਡ ਦੀ ਭਰਤੀ ਹੋਈ ਸੀ ਤੇ ਉਸ ਦੀ ਕੁਆਲਿਫੀਕੇਸ਼ਨ 10ਥ ਬੇਸ ਸੀ ਠੀਕ ਹੈ ਉਸ ਨੂੰ ਬੇਸ ਮੰਨ ਕੇ ਤੁਸੀਂ ਆਪਦੀ ਤਿਆਰੀ ਸਟਾਰਟ ਕਰ ਦੇਣੀ ਹੈ YouTube ਤੇ ਕਾਫੀ ਫ੍ਰੀ ਆਫ ਕੋਸਟ ਕਲਾਸਿਸ ਵਗੈਰਾ ਪਈ ਹੈ ਮੈਥ ਰੀਜ਼ਨਿੰਗ ਜੋ ਮਰਜ਼ੀ ਕਰੋ ਬੇਸਿਕ ਤਾਈ ਤੁਸੀਂ ਕਰ ਲੈਣੀ ਹੈ ਇਸ ਤੋਂ ਬਾਅਦ ਜਦੋਂ ਇਹਨਾਂ ਦਾ ਨੋਟੀਫਿਕੇਸ਼ਨ ਜਾਰੀ ਹੋਏਗਾ ਉਸ ਦੇ ਵਿੱਚ ਸਿਲੇਬਸ ਵਗੈਰਾ ਪੂਰਾ ਮੈਂਸ਼ਨ ਕਰ ਦੇਣਗੇ ਸੋ ਤੁਸੀਂ ਕੋਸ਼ਿਸ਼ ਕਰੋ ਕਿ 60% ਤੁਸੀਂ ਪਹਿਲਾਂ ਹੀ ਤਿਆਰੀ ਕਰ ਲਓ ਤੇ ਬਾਕੀ ਜਿਹੜਾ ਉਹਨਾਂ ਦਾ ਸਿਲੇਬਸ ਹੋਏਗਾ ਉਸ ਦੇ ਅਕੋਰਡਿੰਗ ਤੁਸੀਂ ਆਪਦੀ ਤਿਆਰੀ ਵਗੈਰਾ ਕਰਕੇ ਮੁਕ ਵਗੈਰਾ ਲਾ ਕੇ ਰੈਡੀ ਹੋ ਜਾਓ ਤੇ ਜੇ ਤੁਹਾਡਾ ਕੋਈ ਡਾਊਟ ਹੋਏ ਸਵਾਲ ਹੋਏ ਕਮੈਂਟ ਕਰਕੇ ਪੁੱਛ ਲਿਓ ਤੇ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰ